ਮੌਸਮ ਦੀ ਚਾਲ ਦੌਰਾਨ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਨਾਲ ਹੋਈ ਗੜੇਮਾਰੀ ਨਾਲ ਅੰਤਾਂ ਦੀ ਗਰਮੀ ਤੋਂ ਭਾਵੇਂ ਕੁਝ ਰਾਹਤ ਮਿਲੀ ਹੈ, ਪਰੰਤੂ ਗੜੇ ਨਾਲ ਨਰਮੇ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ, ਜਿਸ ਕਾਰਨ ਕਿਸਾਨ ਆਗੂਆਂ ਨੇ ਸਰਕਾਰ ਤੋਂ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ। ਕੱਲ੍ਹ ਬਾਅਦ ਦੁਪਹਿਰ ਤਲਵੰਡੀ ਸਾਬੋ ਅਤੇ ਆਸ ਪਾਸ ਦੇ ਪਿੰਡਾਂ ਦਾ ਮੌਸਮ ਇਕਦਮ ਖਰਾਬ ਹੋ ਗਿਆ। ਇਸ ਦੌਰਾਨ ਹੋਈ ਭਾਰੀ ਬਰਸਾਤ ਨਾਲ ਜਿੱਥੇ ਲੋਕਾਂ ਨੇ ਗਰਮੀ ਤੋਂ ਕੁਝ ਰਾਹਤ ਮਹਿਸੂਸ ਕੀਤੀ, ਉੱਥੇ ਨਰਮੇ ਦੀ ਫਸਲ ਬੀਜੀ ਬੈਠੇ ਕਿਸਾਨਾਂ ਅਤੇ ਅੰਗੂਰ ਉਤਪਾਦਕਾਂ ਦਾ ਭਾਰੀ ਨੁਕਸਾਨ ਹੋਣ ਨਾਲ ਕਿਸਾਨਾਂ ਦੀ ਮੌਸਮ ਠੰਡਾ ਹੋਣ ਨਾਲ ਸਾਰੀ ਖੁਸ਼ੀ 'ਤੇ ਪਾਣੀ ਫਿਰ ਗਿਆ। ਤੇਜ਼ ਹਵਾਵਾਂ ਨਾਲ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗਣ ਨਾਲ ਜਿੱਥੇ ਰਸਤਿਆਂ 'ਤੇ ਆਵਾਜਾਈ ਵਿੱਚ ਵਿਘਨ ਪਿਆ, ਉੱਥੇ ਪੇਂਡੂ ਇਲਾਕਿਆਂ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਗਈ। ਨਗਲਾ ਪਿੰਡ ਦੇ ਕਿਸਾਨਾਂ ਦੀ ਨਰਮੇ ਦੀ ਫਸਲ ਦਾ ਇਸ ਕਦਰ ਨੁਕਸਾਨ ਹੋਇਆ ਕਿ ਜ਼ਮੀਨ ਵਿੱਚ ਨਰਮੇ, ਮੂੰਗਫਲੀ ਅਤੇ ਪਸ਼ੂਆਂ ਦੇ ਹਰੇ ਚਾਰੇ ਦਾ ਨਾਮੋ ਨਿਸ਼ਾਨ ਵੀ ਨਹੀਂ ਬਚਿਆ। ਪੀੜਤ ਕਿਸਾਨਾਂ ਨੇ ਬਰਬਾਦ ਹੋਈ ਫਸਲ ਦਿਖਾਉਂਦੇ ਹੋਏ ਭਰੇ ਮਨ ਦੇ ਨਾਲ ਕਿਹਾ ਕਿ ਨਰਮੇ ਦੀ ਫਸਲ ਦੇ ਬਿਜਾਈ ਤੋਂ ਲੈ ਕੇ ਮਾਰ ਪੈ ਰਹੀ ਹੈ। ਪਹਿਲਾਂ ਨਰਮਾ 3 ਵਾਰ ਕਰੰਟ ਦੀ ਮਾਰ ਹੇਠ ਆਉਣ ਕਾਰਨ ਕਿਸਾਨਾਂ ਨੂੰ 3ਜੀ ਵਾਰ ਬੀਜਣਾ ਪਿਆ ਸੀ, ਜਿਸ 'ਤੇ ਹੁਣ ਗੜੇਮਾਰੀ ਹੋਣ ਕਾਰਨ ਫਸਲ ਤਬਾਹ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਯੋਧਾ ਸਿੰਘ ਨੰਗਲਾ ਭੀਮਾ ਸਿੰਘ ਨੰਗਲਾ ਨੇ ਦੱਸਿਆ ਕਿ ਗੜੇ ਨਾਲ ਨੁਕਸਾਨ ਕਿ ਨਰਮੇ ਦੀ ਫਸਲ ਦੀ ਜਗ੍ਹਾ ਹੁਣ ਉਹ ਕੋਈ ਫਸਲ ਵੀ ਨਹੀਂ ਬੀਜ ਸਕਦੇ, ਕਿਉਂਕਿ ਉਹਨਾਂ ਦੇ ਪਿੰਡ ਨਹਿਰੀ ਪਾਣੀ ਦੀ ਬਹੁਤ ਘਾਟ ਹੈ। ਪੀੜਤ ਪਿੰਡ ਵਾਸੀ ਕਿਸਾਨਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਖਰਾਬ ਹੋਈ ਫਸਲ ਦੀ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ। ਹਾਂਜੀ, ਇਹ 1200-1500 ਪ੍ਰਧਾਨ ਨੇ ਦੱਸਿਆ ਜਿਹੜਾ ਵਿੱਚ ਅਸੀਂ ਫਿਰ ਕੇ ਦੇਖੀ ਜਾਂਦੇ ਹਾਂ ਸਾਰੇ, ਅਤੇ ਮੇਰੇ ਕੋਲ 9 ਕਿੱਲੇ ਵਾਹਣ 40 ਅਤੇ 30 ਨੂੰ ਹੈ ਵਿੱਚ, ਮਤਲਬ ਠੇਕੇ 'ਤੇ ਅਤੇ ਬੋਰ 'ਤੇ ਵੀ ਹੈ। ਹੁਣ ਤੁਸੀਂ ਲਾ ਲਓ ਜੀ, ਮੇਰਾ ਆਪਦਾ ਵੀ ਵਾਹਣ ਹੈਗਾ, 10-11 ਕਿੱਲੇ ਵਾਹਣ ਆ ਗਿਆ ਮੇਰਾ, ਅਤੇ ਉਹ ਹੁਣ ਤੁਸੀਂ ਲਾ ਲਓ ਵੀ ਖਰਚਾ ਅਸੀਂ ਕਿੰਨਾ ਕਰਤਾ, ਪੈਸੇ ਅਸੀਂ ਦੇ ਤੇ ਅੱਧੇ, ਅਤੇ ਉਹ ਹੋ ਗਈ ਤਬਾਹ। ਹੁਣ ਅਸੀਂ ਕਿਹੜੇ ਲੋਟ ਬਚਾਂਗੇ ਤੁਸੀਂ ਦੱਸੋ ਜੀ। ਇਹ ਦਹਾਂ ਮਤਲਬ ਵੀ ਸੋਚ ਜਿਹੜੀ ਸਾਡੀ ਹੈਗੀ ਵੀ ਸਰਕਾਰ ਸਾਡਾ ਛੇਤੀ ਤੋਂ ਛੇਤੀ ਇਹ ਕਰੇ, ਅਤੇ ਨਹੀਂ ਫਿਰ ਹੁਣ ਮਰਨ ਦਾ ਹੀ ਹੋ ਰਿਹਾ ਲੋਕਾਂ ਦਾ, ਕਿਉਂ ਅੱਜ ਇਹ 2-4 ਦਿਨ ਦੇਖਦੇ ਆ ਗੌਰਮੈਂਟ ਕਿੰਨੀ, ਨਹੀਂ ਫਿਰ ਤੈਨੂੰ ਪਤਾ ਵੀ ਕੋਈ ਕਿਵੇਂ ਕੋਈ ਕਿਵੇਂ। ਅਸੀਂ ਮੰਗ ਕਰਦੇ ਹਾਂ ਜੀ ਸਾਡਾ ਛੇਤੀ ਤੋਂ ਛੇਤੀ ਗਰਦੌਰੀ ਹੋ ਜਾਵੇ ਅਤੇ ਮਾਜਵਾ ਸਾਨੂੰ ਦਿੱਤਾ ਜਾਵੇ, ਅਤੇ ਜਿਹੜਾ ਮਤਲਬ ਜਿੰਨਾ ਕੁ ਰਕਬਾ ਸਾਡਾ ਆਇਆ ਉਹ ਰਕਬਾ ਜਿਹਦੇ ਕੋਲ ਠੇਕੇ 'ਤੇ ਹੈ ਉਹਨੂੰ ਠੇਕੇ ਦਾ ਮੁਆਵਜ਼ਾ ਮਿਲੇ, ਜਿਹਦੇ ਕੋਲ ਸਿਰ ਹੈ ਉਹਨੂੰ ਮਤਲਬ ਸਿਰਾ ਮਿਲੇ, ਜਿਹਦੀ ਘਰ ਦੀ ਆ ਉਹਨੂੰ ਘਰ ਦਾ ਮਿਲੇ। ਇਹ ਨਾ ਹੋਵੇ ਵੀ ਉਹਦਾ ਰਕਬਾ ਵਿੱਚ ਪਾ ਕੇ ਅਤੇ ਦੂਜੇ ਬੰਦੇ ਪੈਸੇ ਲੈ ਜਾਂਦੇ, ਅੱਗੇ ਸਾਡੇ ਨਾਲ ਹੋਈ ਹੈ ਜੀ, ਠੀਕ ਹੈ ਵੀ ਜਿਹੜਾ ਹੁਣ ਕਾਨੂੰਨ ਇਹੀ ਹੈ, ਪਟਵਾਰੀ ਆਊ ਜਾਂ ਕੋਈ ਮਤਲਬ ਤਹਿਸੀਲਦਾਰ ਆਊ ਵੀ ਉਹ ਸਾਨੂੰ ਬਹਾ ਕੇ ਸਰਮਾਈ ਕਰੇ, ਅਤੇ ਕੰਮ ਸਾਡਾ ਬਾਰੀ ਫੇਰ ਕਹਿੰਦੇ ਹਾਂ ਅਸੀਂ ਵੀ ਉਦੋਂ ਬਾਅਦ ਤਾਂ ਫਿਰ ਸਾਡਾ ਖਤਮ ਹੈ ਕੰਮ ਵੀ ਛੇਤੀ ਤੋਂ ਛੇਤੀ ਸਾਡਾ ਕੰਮ ਹੋ। ਹੁਣ ਤਾਂ ਕੁਛ ਨਹੀਂ ਬੀਜਦਾ ਜੀ, ਪਾਣੀ ਨਹੀਂ ਜਿੱਥੋਂ ਨਾ ਲੱਗੇ ਪਾਣੀ ਨਹੀਂ ਆਉਂਦਾ, ਪਹਿਲਾਂ ਹੁਣ ਬੋਰਾਂ 'ਤੇ ਬੀਜੀ ਬੈਠੇ ਹਾਂ। ਹਾਂਜੀ, ਸਾਡੇ ਨੰਗਲੇ ਦੇ ਪਿੰਡ ਦੀ 3000 ਕਿੱਲਾ ਜ਼ਮੀਨ ਹੈ, ਇਹਦੇ ਵਿੱਚੋਂ 1200-1500 ਕਿੱਲਾ ਜਮ੍ਹਾਂ ਖਤਮ ਹੋ ਗਿਆ, ਅਤੇ ਜਿਹੜੇ ਬਾਹਰ ਜਾਨਵਰ ਸੀ ਸਹੀ ਚਟੀਰੀਆਂ, ਯਾਨੀ ਇੱਥੋਂ ਤੱਕ ਕੱਲ੍ਹ ਰੋਜ਼ ਰਾਟ ਪਾਉਂਦਾ ਸੀ ਜੋ ਗੜੇ ਡਿੱਗਦੇ ਸੀਗੇ, ਬਹੁਤ ਰਿੰਗਿਆ ਉਹ, ਅਤੇ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ, ਇਹਨਾਂ ਆਪਣਾ ਹਰਾ ਨਹੀਂ ਛੱਡਿਆ, ਕੋਈ ਸਬਜ਼ੀ ਨਹੀਂ ਛੱਡੀ, ਨਰਮਾ ਸਾਰਾ ਖਤਮ ਹੈ, ਯਾਨੀ 1200-1500 ਕਿੱਲੇ ਦਾ ਸਾਰੇ ਸਾਡੇ ਪਿੰਡ ਦਾ ਬਿਲਕੁਲ ਨੁਕਸਾਨ ਆ। ਉਹ ਦਿਨ ਤੋਂ ਉਦੋਂ ਬਾਅਦ ਲਾਈਟ ਹਜੇ ਤੱਕ ਲਾਈਟ ਨਹੀਂ ਆਈ, ਲਾਈਨਾਂ ਡਿੱਗ ਪਈਆਂ, ਉਹ ਗਰਮੀ 'ਚ ਜਿਹੜੇ ਬਜ਼ੁਰਗ ਨੇ ਬੁੜੀਆਂ ਘਰੇ ਜਾਂ ਇਸਤਰੀਆਂ ਉਹ ਬਹੁਤ ਔਖੀਆਂ। ਸਾਡੀ ਮੰਗ ਹੈ ਜੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ, ਯਾਨੀ ਕਿਸਾਨ ਪਹਿਲਾਂ ਹੀ ਬਹੁਤ ਔਖਾ ਹੈਗਾ, ਕਰਜ਼ਾਈ ਹੋ ਰਿਹਾ, ਟਾਈਮ ਤਾਂ ਹੁਣ ਦੀ ਫਸਲ ਤੋਂ ਨਹੀਂ ਸਾਡਾ ਟਾਈਮ ਪਾਸ ਹੁੰਦਾ, ਅਤੇ ਹੁਣ ਤਾਂ ਫਸਲ ਮਰ ਗਈ, ਖਰਚਾ ਵੀ ਇਹ 'ਚ ਕਰ ਚੁੱਕੇ ਹਾਂ, ਕਿਉਂਕਿ ਜਿਹੜਾ ਅੱਜ ਵਾਹੀ ਵਹਾਈ ਦਾ ਤੇਲ ਵੀ ਬਹੁਤ ਮਹਿੰਗੇ ਨੇ, ਅਤੇ ਨਹਿਰੀ ਪਾਣੀ ਸਾਡੇ ਹੈ ਹੀ ਨਹੀਂ ਗਾ, ਸਾਡੇ ਬੋਰਾਂ ਨਾਲ ਪਾਲਿਆ ਸੀ,
ਤੇ ਉਹਦਾ ਜਿਹੜੇ ਹੁਣ ਖਰਚਾ ਨਰਮਾ ਸਾਰਾ ਲੈ ਗਿਆ ਤੇ ਹੁਣ ਵੇਲੇ ਅੱਜ ਦਿਨ ਰੱਬ ਨੇ ਆਤਾ ਤੇ ਹੁਣ ਕੋਈ ਸਰੁੱਤ ਨਹੀਂ ਹੈਗੀ ਵੀ ਹੁਣ ਕੀ ਬੀਜੀ ਵਣ ਵਿਹਲੇ ਪਏ ਨੇ ਝੋਨਾ ਸਾਡੇ ਹੁਣ ਦਾ ਨਹੀਂ ਪਾਣੀ ਹੈ ਨਹੀਂ ਪਾਣੀ ਨਹਿਰੀ ਪਾਣੀ ਹੋਵੇ ਤਾਂ ਅਸੀਂ ਝੋਨਾ ਬੀਜ ਲਈ ਹੁਣ ਨਹਿਰੀ ਪਾਣੀ ਹੈ ਨਹੀਂ ਗਾ ਝੋਨਾ ਵੀ ਨਹੀਂ ਹੁੰਦਾ ਜਾਣੀ ਬਹੁਤ ਨੁਕਸਾਨ ਜ਼ਿਆਦਾ ਹੋ ਗਿਆ ਜਾਣੀ ਕਿਸਾਨ ਖੁਦਕੁਸ਼ੀਆਂ ਬਹੁਤ ਜ਼ਿਆਦਾ ਹੋਣ